ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ, ਆਈਪੀਐਸ, ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੁਰਾ ਜੀ, ਆਈਪੀਐਸ ਐਸਐਸਪੀ ਤਰਨ ਤਾਰਨ, ਇਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਆ ਨਸ਼ਿਆਂ ਦੇ ਖਿਲਾਫ਼ ਮੁਹਿੰਮ ਜਿਹੜੀ ਉਹ ਲਗਾਤਾਰ ਜਾਰੀ ਹੈ। ਅੱਜ ਸਬ ਡਿਵੀਜ਼ਨ ਭਿੱਖੀ ਪਿੰਡ ਦੇ ਥਾਣਾ ਖਾਲੜਾ ਨੂੰ ਵੱਡੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਕ ਪੀਲੇ ਰੰਗ ਦਾ ਪੈਕਟ ਅਜੀਤ ਸਿੰਘ ਸਨ, ਉਹ ਮੇਜਾ ਸਿੰਘ ਜਿਹੜੇ ਡਾਲਦੇ ਰਹਿਣ ਵਾਲੇ ਆ, ਉਹਨਾਂ ਦੇ ਖੇਤਾਂ ਦੇ ਵਿੱਚ ਪਿਆ। ਇਸ ਦੀ ਤੁਰੰਤ ਇਨਫੋਰਮੇਸ਼ਨ ਜਿਹੜੀ ਆ BSF ਨੂੰ ਦਿੱਤੀ ਗਈ ਅਤੇ ਦੋਵਾਂ ਏਜੰਸੀਆਂ ਵੱਲੋਂ ਜਿੱਦਾਂ ਅਸੀਂ ਹਮੇਸ਼ਾ ਹੀ ਕਰਦੇ ਹਾਂ ਰਲ ਕੇ ਇਹਦਾ ਸਰਚ ਓਪਰੇਸ਼ਨ ਕੀਤਾ ਗਿਆ ਅਤੇ ਇੱਕ ਪੀਲੇ ਰੰਗ ਦਾ ਪੈਕਟ ਜਿਹੜਾ ਇਹਦੇ 'ਚੋਂ ਰਿਕਵਰ ਹੋਇਆ, ਜਿਹਨੂੰ ਕੁੰਡੀ ਲੱਗੀ ਹੋਈ ਸੀ, ਜਿਸ ਤੋਂ ਭਾਵ ਆ ਕਿ ਡਰੋਨ ਰਾਹੀਂ ਇੱਥੇ ਆਇਆ ਹੋਵੇ। ਸੋ ਜਦੋਂ ਇਹਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਹਦੇ ਵਿੱਚੋਂ 506 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਆ ਉਹ ਰਿਕਵਰ ਹੋਈ ਹੈ। ਸੋ ਇਸ ਸੰਬੰਧੀ ਥਾਣਾ ਖਾਲੜਾ ਵਿਖੇ FIR ਨੰਬਰ 129 ਜਿਹੜੀ ਅੰਡਰ ਸੈਕਸ਼ਨ 21 ਸੀ NDPSF 10-11-12 ਏਅਰਕ੍ਰਾਫਟ ਐਕਟ ਜਿਹੜੀ ਆ ਉਹ ਦਰਜ ਰਜਿਸਟਰ ਕਰ ਰਹੀ ਹੈ। ਸੋ ਇਹਦੀ ਜਿਹੜੀ ਤਫਤੀਸ਼ ਜਾਰੀ ਆ ਅਤੇ ਜਿਹੜੀ ਸਰਚ ਓਪਰੇਸ਼ਨ ਉਹ ਅਜੇ ਵੀ ਜਾਰੀ ਆ ਵੀ ਕੋਈ ਡਰੋਨ ਜਾਂ ਇੱਦਾਂ ਦੀ ਕੋਈ ਹੋਰ ਰਿਕਵਰੀ ਇਸ ਸੰਬੰਧੀ ਬਰਾਮਦ ਹੋ ਸਕੇ। ਸੋ ਇਹਦੀ ਜਿਹੜੀ ਮੌਕੇ 'ਤੇ ਟੈਕਨੀਕਲ ਅਨੈਲਿਸਿਸ ਆ ਜਿਹੜੀ ਅਸੀਂ ਹਮੇਸ਼ਾ ਹੀ ਕਰਦੇ ਹਾਂ, ਜਿਸ ਆਧਾਰ 'ਤੇ ਅਸੀਂ ਕਾਫੀ ਵਿਅਕਤੀਆਂ ਨੂੰ ਇਹ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਫੜ ਕੇ ਵੱਖ ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ। ਈਵਨ ਉਹਨਾਂ ਦੀਆਂ ਜਿਹੜੀਆਂ ਇਸ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਜਾਇਦਾਦ ਉਹਨਾਂ ਨੂੰ ਵੀ ਜ਼ਬਤ ਕਰਵਾ ਚੁੱਕੇ ਹਾਂ। ਸੋ ਇਸ ਮੁਕੱਦਮਾ ਦੇ ਵਿੱਚ ਵੀ ਜਿਹੜੀ ਸਾਇੰਟੀਫਿਕ ਇਨਵੈਸਟੀਗੇਸ਼ਨ ਜਾਰੀ ਹੈ। ਸੋ ਜਲਦੀ ਅਸੀਂ ਜਿਹੜੇ ਦੋਸ਼ੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਾਂਗੇ। ਸੋ ਮੈਂ ਇੱਥੇ ਜਿਹੜੇ ਡੱਲ ਵਾਸੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਆ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਅਤੇ ਰਿਕਵਰੀ ਹੋ ਪਾਈ ਹੈ। ਅਤੇ ਜਿੱਦਾਂ ਮਾਨਯੋਗ DGP ਸਾਹਿਬ ਵੱਲੋਂ ਇਨਾਮਾਂ ਦਾ ਸਿਲਸਿਲਾ ਜਾਰੀ ਆ, ਇਹਨਾਂ ਨੂੰ ਵੀ ਵਾਜਬ ਇਨਾਮ ਜਿਹੜਾ ਉਹ ਦਵਾਇਆ ਜਾਊਗਾ। ਅਤੇ ਮੈਂ ਤਾੜਨਾ ਕਰਦਾ ਜਿਹੜੇ 4 ਬੰਦੇ ਨੇ ਡੱਲ ਪਿੰਡ ਤੋਂ ਹੀ, ਅਸੀਂ ਕਾਫੀ ਵਿਅਕਤੀ ਫੜ ਕੇ ਜਿਹੜੇ ਆ ਵੱਖ ਵੱਖ ਜੇਲ੍ਹਾਂ 'ਚ ਭੇਜੇ ਨੇ। ਸੋ ਜਿਹੜੇ ਨੇ ਵਿਅਕਤੀ ਇਸ ਗਤੀਵਿਧੀਆਂ 'ਚ ਸ਼ਾਮਿਲ ਹੋ ਇਸ ਕੰਮ ਤੋਂ ਬਾਅਦ ਆ ਜਾਣ, ਨਹੀਂ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਸਲਾਖਾਂ ਪਿੱਛੇ ਨਾ ਭੇਜਿਆ ਜਾਵੇ।